गैस पाइप लीक होण कारण लगी अग। पुलिस कर्मचारी पहुंचे मौके ते। माल मंडी क्वार्टर दे बिल्कुल सामने सड़क उत्ते गैस पाइप लीक होण कारण लगी अग। प्रशासन नूं सूचित किते जाण तों बाद फायर ब्रिगेड पहुंची अते उसने अग बुझाई। सितारे चैनल दी रिपोर्ट। पब्लिक को पता लगा अग लगी है, मौके से आए हैं, फायर ब्रिगेड भी मौके पर सब रहा, अग तो काबू पा रहे हैं, कोई जानी मानी नुकसान नहीं हुआ, कोई ऐसी कोई घटना नहीं। अग लगने का सर कारण की सी? पाइपलाइन वीक हुई। ठीक है जी। लीक हो गई अग लग गई। ਅਤੇ ਇਸ ਨਾਲ ਸੰਬੰਧਿਤ ਕਿਸੇ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਹੈ ਕਿ ਕਿਉਂਕਿ ਧੁੱਪ ਤਾਂ ਹੁਣ ਆ ਰਹੀ ਹੈ, ਗੈਸ ਨਿਕਲ ਰਹੀ ਹੈ, ਦੁਬਾਰਾ ਵੀ ਅੱਗ ਲੱਗ ਸਕਦੀ ਹੈ? ਕੰਟਰੋਲ ਨੂੰ ਦੱਸਤਾ ਆਪਣੇ ਇਹਨਾਂ ਦੇ ਕੰਸਰਨਡ ਆਫਿਸਰਸ ਨੂੰ, ਜਿਹੜਾ ਉਹ ਜਾਣੂ ਕਰਾਤਾ ਉਹਨਾਂ ਨੂੰ। ਠੀਕ ਹੈ, ਸਪਲਾਈ ਬੰਦ ਕਰ। ਠੀਕ ਹੈ, ਕੋਈ ਜਾਨੀ ਵਾਲੀ ਨੁਕਸਾਨ ਤਾਂ ਨਹੀਂ ਹੋ ਗਿਆ? ਬਚਾਅ ਹੋ ਗਿਆ ਸਰ। ਠੀਕ ਹੈ, ਥੈਂਕ ਯੂ। ਮੇਰਾ ਸੰਜੀਵ ਜੀ, ਕਿੱਥੋਂ ਰਹਿਣ ਵਾਲੇ ਜੋ? ਕਿੱਥੇ ਅੱਜ? ਅੱਛਾ, ਅਤੇ ਇੱਥੇ ਕੀ ਜੋ ਤੁਸੀਂ? ਇੱਥੇ ਫੈਕਟਰੀ ਆਪਣੀ। ਅੱਛਾ ਜੀ, ਇਹ ਜਿਹੜੀ ਤੁਹਾਡੇ ਸਾਹਮਣੇ ਅੱਗ ਲੱਗੀ ਹੈ, ਇਹ ਕਾਹਦੀ ਅੱਗ ਹੈਗੀ ਆ? ਹਾਂਜੀ, ਕਾਹਦੀ ਅੱਗ ਹੈ? ਗੈਸ ਪਾਈਪਲਾਈਨ। ਅੱਛਾ, ਗੈਸ ਪਾਈਪਲਾਈਨ ਕਿਹੜੀ ਹੈ, ਪ੍ਰਾਈਵੇਟ ਹੈ ਕਿ ਸਰਕਾਰੀ ਆ? ਸਰਕਾਰੀ। ਸਰਕਾਰੀ ਹੈ, ਓਕੇ। ਹੈਲੋ, ਇਸ ਸੰਬੰਧੀ ਤੁਸੀਂ ਕਿਸੇ ਨੂੰ ਕੋਈ ਕਾਲ ਕੀਤੀ? ਕਾਲ ਕੀਤੀ ਹੈ, ਫਾਰਗੇਟ ਕੀਤੀ ਹੋਈ ਹੈ। ਠੀਕ ਹੈ ਜੀ, ਕੋਈ ਆਇਆ ਉਹਨਾਂ ਤੋਂ ਤੱਕ? ਕਿੰਨਾ ਸਮਾਂ ਹੋ ਗਿਆ ਅੱਗ ਲੱਗ ਗਿਆ? ਘੰਟਾ ਵੀ ਹੋ ਗਿਆ। ਅੱਜ ਤੱਕ ਕੋਈ ਨਹੀਂ ਆਇਆ? ਅੱਜ ਤੱਕ ਕੋਈ ਨਹੀਂ ਆਇਆ। ਕੀ ਪ੍ਰਸ਼ਾਸਨ ਨੂੰ ਮੰਗ ਕਰਨਾ ਚਾਹੁੰਦੇ ਜੋ? ਪ੍ਰਸ਼ਾਸਨ ਨੂੰ ਆਏ ਜੀ, ਪਾਈਪਲਾਈਨ ਲੋਕਾਂ ਦਾ ਖਤਰਾ ਹੀ ਹੈ। ਤੁਹਾਡੇ ਇੱਥੇ ਜੋ ਲਾਗੇ ਜੋ ਅੱਗ ਲੱਗੀ ਹੈ, ਕੀ ਕਾਰਨ ਹੈ, ਕਾਹਦੀ ਅੱਗ ਲੱਗੀ ਹੋਈ ਹੈ? ਇਹ ਸਰ, ਅਸੀਂ ਨਾ ਰੋਡ ਲਾ ਰਹੇ ਸੀ। ਠੀਕ ਹੈ ਜੀ। ਠੀਕ ਹੈ ਜੀ, ਆ ਗਏ ਅਚਾਨਕ ਹੀ ਵੇਖਿਆ ਵੀ ਅੱਗ ਗਈ, ਆਪਣਾ ਪਹਿਲਾਂ ਨਹੀਂ ਵੇਖਿਆ ਵੀ ਸਿਗਨਲ ਲਗਾਈ ਅੱਗ, ਕਈ ਨਾ ਵੈਸੇ ਤਾਰਾਂ ਤੂਰਾਂ ਲਾਉਂਦੇ ਆ। ਠੀਕ ਹੈ ਜੀ, ਗੈਸ ਲੈਣ ਲੰਘ ਰਹੀ ਪਾਈਪ। ਠੀਕ ਹੈ ਜੀ, ਉਹਨੂੰ ਅੱਗ ਲੱਗੀ ਹੋਈ ਆ। ਅਤੇ ਤੁਸੀਂ, ਤੁਹਾਡੇ ਵੱਲੋਂ ਕਿਸੇ ਨੂੰ ਇਤਲਾਹ ਦਿੱਤੀ ਗਈ ਆ ਫਾਇਰ ਬ੍ਰਿਗੇਡ ਵਗੈਰਾ ਨੂੰ? ਮੈਸੇਜ ਦਿੱਤਾ ਔਰ ਥਾਣੇ ਦਿੱਤਾ ਜੀ ਆਪਣੇ। ਠੀਕ ਹੈ ਜੀ।